ਮੇਰਾ ਭਤੀਜਾ ਸੀ, ਉਹਨੂੰ ਜਹਾਜ਼ ਦੇ ਵਿੱਚ ਅਟੈਕ ਆਇਆ, ਜਹਾਜ਼ ਦੇ ਵਿੱਚ ਹੀ ਉਹਦੀ ਮੌਤ ਹੋਈ। ਸੁਪਿੰਦਰ ਸਿੰਘ, ਏਜ 48 ਸਾਲ। ਇਕੱਲੇ ਆ ਰਹੇ ਸੀ? ਨਹੀਂ, ਆਪਦੇ ਮੰਮੀ ਡੈਡੀ ਦੇ ਨੂੰ ਨਾਲ ਲੈ ਕੇ ਆ ਰਹੇ ਸੀ। ਮਿਲਣ ਵਾਸਤੇ ਹੀ ਆ ਰਹੇ ਸੀ, ਮਿਲਣ ਵਾਸਤੇ ਆ ਰਹੇ ਸੀ। ਡੈਡ ਬਾਡੀ ਉਹਨਾਂ ਦੀ ਵਾਪਸ ਕੈਨੇਡਾ ਲੈ ਕੇ ਜਾਣੀ ਆ ਜੀ। ਅਤੇ ਮੱਖਣ ਸਿੰਘ ਅਤੇ ਉਹਦੀ ਵਾਈਫ, ਮੇਰੀ ਭਰਜਾਈ, ਉਹ ਕੱਲ੍ਹ ਨੂੰ ਇੱਥੇ ਰਾਏਕੋਟ ਆ ਰਹੇ ਆ। ਹਾਂ, ਵਾਪਸ ਭੇਜਣੀ। ਹਾਂਜੀ, ਸਾਡੇ ਇਹ ਬਹੁਤ ਨਜ਼ਦੀਕੀ ਸੀਗੇ। ਬਾਕੀ ਇਹਨਾਂ ਦੇ ਫਾਦਰ ਸਾਹਿਬ ਮੱਖਣ ਸਿੰਘ ਜੀ ਗਰੇਵਾਲ ਧਾਂਦਰੇ ਵਾਲੇ, ਜਿਹੜੇ ਸਾਡੇ ਨਾਲ ਬਿਜਲੀ ਬੋਰਡ ਦੇ ਵਿੱਚ ਵੀ ਰਹੇ ਨੇ, ਹਰ ਸਮੇਂ ਸਾਡੇ ਬਜ਼ੁਰਗਾਂ ਦੀ ਆਸ ਵਿੱਚ ਗੂੜੀ ਸਾਂਝ ਸੀ। ਬੜੀ ਦੁੱਖਦਾਈ ਘਟਨਾ ਇਹ ਹੋਈ ਹੈ ਅਤੇ ਆਪਣੇ ਮਾਤਾ ਪਿਤਾ ਦੇ ਨਾਲ ਇਹ ਇੰਡੀਆ ਆ ਰਿਹਾ ਸੀ। ਪਲੇਨ ਦੇ ਵਿੱਚ ਹੀ ਇਹ ਜਿਹੜਾ ਭਾਣਾ ਵਾਪਰ ਗਿਆ, ਜਿਸ ਨੂੰ ਇੱਥੇ ਇੰਡੀਆ ਦੀ ਧਰਤੀ 'ਤੇ ਪੈਰ ਪਾਉਣਾ ਨਸੀਬ ਨਹੀਂ ਹੋਇਆ ਜੀ। ਤਕਰੀਬਨ ਗਏ ਨੂੰ ਤਾਂ ਹੋ ਗਏ ਜੀ 25 ਸਾਲ ਹੋ ਗਏ, 48 ਕੁ ਸਾਲ ਦੀ ਉਮਰ ਸੀ। ਦੋ ਸਾਲ ਪਹਿਲਾਂ ਵੀ ਉਹ ਇੱਥੇ ਇੰਡੀਆ ਰਾਏਕੋਟ ਆ ਕੇ ਗਿਆ ਵਾ ਜੀ। ਹਾਂਜੀ, ਹੁਣ ਡੈੱਡ ਬੋਡੀ ਆ ਜਿਹੜੀ ਉਹਨਾਂ ਦੀ ਵਾਪਸ ਦਿੱਲੀ ਤੋਂ ਹੀ ਜਿਹੜੀ ਸਰੀ ਨੂੰ ਕੈਨੇਡਾ ਨੂੰ ਚਲੇ ਜਾਣੀ ਆ, ਅਤੇ ਸਰਦਾਰ ਮੱਖਣ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਉਹ ਕੱਲ੍ਹ ਨੂੰ ਇੱਥੇ ਰਾਏਕੋਟ ਆ ਰਹੇ ਨੇ। 2 ਦਿਨ ਇੱਥੇ ਰਹਿਣਗੇ, 11 ਤਰੀਕ ਨੂੰ ਵਾਪਸ ਸਰੀ ਨੂੰ ਜਾਣਗੇ। ਉਹਨਾਂ ਦੇ ਗਿਆਨ 'ਤੇ ਜਿਹੜਾ ਅੰਤਿਮ ਸੰਸਕਾਰ ਆ ਉੱਥੇ ਸਰੀ ਦੇ ਵਿੱਚ ਕੀਤਾ ਜਾਊਗਾ।